सतनाम श्री वाहे गुरु जी, वाहे गुरु जी, तुदे आगे अरदास हमारी जियो, पिंड सब तेरा कहो नानक सब तेरी वडियाई। वाहिगुरु जी कोई नाउ ना जाने मेरा अखो सतनाम श्री वाहिगुरु। जिनके चोले रतड़े प्यारे कंत तिना के पास, तूड़ तिना की जे मिले जी। वाहिगुरु जी कहो नानक की अरदास, वाहिगुरु जी कहो नानक की अरदास, वाहिगुरु जी कहो नानक की अरदास। जिन्ना जपिया वाहिगुरु प्यारा, मेरी नमस्कार उन्हानू जिना जपिया वाहिगुरु प्यारा, मेरी नमस्कार उन्हानू जपिया वाहिगुरु प्यारा, मेरी नमस्कार जपिया वाहे गुरु प्यारा, मेरी नमस्कार धन धन आना उन्हना बाबा, धन धन आना उन्हना जपिया वाहिगुरु प्यारा, जिना जपिया सतगुर प्यारा, जपिया वाहिगुरु प्यारा, जपिया सतगुर प्यारा, जिना जपिया वाहिगुरु प्यारा, जपिया वाहिगुरु प्यारा, वाहिगुरु 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 धन वाहिगुरु, वाहिगुरु धन वाहिगुरु, वाहिगुरु धन वाहिगुरु, वाहिगुरु धन वाहिगुरु, प्यारे मेरी नमस्कार उन्हानू, वाह वाह मेरी नमस्कार उन्हानू, मेरी नमस्कार उन्हानू,
ਪਿਆ ਵਾਹਿਗੁਰੂ ਪਿਆਰਾ ਮੇਰੀ ਨਮਸ਼ਕਾਰ ਉਹਨਾਂ ਨੂੰ ਜਿਨ੍ਹਾਂ ਜਪਿਆ ਵਾਹਿਗੁਰੂ ਪਿਆਰਾ ਧੰਨ ਧੰਨ ਆਉਣਾ ਉਹਨਾਂ ਦਾ ਮੇਰੀ ਨਮਸ਼ਕਾਰ ਉਹਨਾਂ ਨੂੰ ਜਿਨ੍ਹਾਂ ਜਪਿਆ ਵਾਹਿਗੁਰੂ ਪਿਆਰਾ ਧੰਨ ਧੰਨ ਆਉਣਾ ਉਹਨਾਂ ਦਾ ਵਾਹਿਗੁਰੂ ਪਿਆਰਾ ਧੰਨ 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 ਜਾਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇ ਜਾਣ ਆਵਨ ਕਾ ਇਹ ਸੁਭਾਵ ਜਨ ਕੈ ਸੰਗ ਚਿਤਿਆ ਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਸਜੀ ਹੋਈ ਸਮੂਹ ਸਾਧ ਸੰਗਤ ਜੀ ਪੂਰਨ ਤੱਤ ਬੇਤੇ ਮਹਾਂਪੁਰਸ਼ ਸੰਤ ਸਕਾਲਰ ਸੰਤ ਬਾਬਾ ਨਿਰੰਜਨ ਸਿੰਘ ਜੀਆਂ ਦੇ ਸਤਿਕਾਰਯੋਗ ਦੋਹਤਰੇ ਸਾਹਿਬ ਸੰਤ ਬਾਬਾ ਮਹਿੰਦਰ ਪ੍ਰਤਾਪ ਸਿੰਘ ਜੀ ਪ੍ਰੈਜੀਡੈਂਟ ਸਾਹਿਬ ਜੀਆਂ ਦੇ ਜਨਮ ਦਿਨ ਦੀ ਖੁਸ਼ੀ ਇਸ ਪਾਵਨ ਦਰਬਾਰ ਵਿੱਚ ਸਾਲਾਨਾ ਸਮਾਗਮ ਦੇ ਰੂਪ ਵਿੱਚ ਆਪ ਜੀ ਸਾਰੇ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਸਭ ਤੋਂ ਪਹਿਲਾਂ ਇਸ ਦਰਬਾਰ ਦੀ ਹਾਜ਼ਰੀ ਲਵਾਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਖਾਲੀ ਨਾ ਰਹੇ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਬੈਠੇ ਹੋ ਅਤੇ ਸਾਧ ਸੰਗਤ ਆਪਾਂ ਸਾਰਿਆਂ ਨੇ ਹੀ ਨਾਮ ਦਾ ਪ੍ਰਸ਼ਾਦ ਲੈ ਕੇ ਜਾਣਾ ਕਿਉਂਕਿ ਉਹਨਾਂ ਨੇ ਨਾਮ ਜਪਿਆ ਅਤੇ ਨਾਮ ਜਪਾਇਆ ਹੈ ਅਤੇ ਸਭ ਤੋਂ ਪਹਿਲਾਂ ਇਹਨਾਂ ਅੱਖਾਂ ਨੂੰ ਗੁਰੂ ਦਰਸ਼ਨਾਂ ਵਿੱਚ ਲਾਈਏ ਜੇਬਾਂ ਨੂੰ ਧਾਰਨਾ ਬੋਲਣ ਸ਼ਬਦ ਬੋਲਣ ਵਿੱਚ ਲਾਈਏ ਮਨ ਬਿਰਤੀਆਂ ਇਕਾਗਰ ਕਰੀਏ ਉਹਦੇ ਵਾਸਤੇ ਦੋਵੇਂ ਹੱਥ ਜੋੜੋ ਸਤਿਗੁਰੂ ਜੀ ਅੱਗੇ ਅਰਦਾਸ ਕਰੋ ਮਹਾਰਾਜ ਜੀ ਜਿੰਨਾ ਸਮਾਂ ਬੈਠੀਏ ਸਾਨੂੰ ਆਪਣੇ ਚਰਨਾਂ ਕਮਲਾਂ ਦਾ ਟਿਕਾ ਪਿਆਰ ਬਖਸ਼ਿਓ ਬਾਣੀ ਨਾਲ ਜੁੜਨ ਦਾ ਸੁਭਾਗਾ ਸਮਾਂ ਬਖਸ਼ਿਓ ਸਾਡਾ ਮਨ ਭਟਕੇ ਨਾ ਮਹਾਰਾਜ ਜੀ ਅੰਦਰ ਦਾ ਟਿਕਾ ਬਖਸ਼ਿਓ ਕਰੋ ਸਾਰੀ ਰਸਨਾ ਪਵਿੱਤਰ ਦੋਵੇਂ ਹੱਥ ਜੋੜੋ ਸਾਰੀ ਹੀ ਸੰਗਤ ਸੀਸ ਝੁਕਾਓ ਦਾਸ ਦੀ ਹਾਜ਼ਰੀ ਤੁਹਾਡੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲਵਾਈਏ ਕੋਈ ਵੀ ਰਸਨਾ ਖਾਲੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਆਵਾਜ਼ ਆਵੇ ਫਿਰ ਦੁਬਾਰਾ ਕਰੋ ਸੰਗਤ ਕਿਰਪਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਆਪਾਂ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਜੁੜ ਬੈਠੇ ਹਾਂ ਤੇ ਅਰਦਾਸ ਕਰਨੀ ਹੈ ਵੀ ਹੇ ਸੱਚੇ ਪਾਤਸ਼ਾਹ ਪ੍ਰੈਜ਼ੀਡੈਂਟ ਸਾਹਿਬ ਜੀਆਂ ਨੂੰ ਜੋ ਬਾਣੀ ਵਿੱਚ ਰੰਗੇ ਨੇ ਰੱਤੀ ਰੂਹ ਨੇ ਉਹ ਆਪ ਵੀ ਜੁੜੇ ਨੇ ਅਤੇ ਸਾਨੂੰ ਵੀ ਉਹਨਾਂ ਦੇ ਸੰਗ ਬਾਣੀ ਨਾਲ ਜੋੜ ਦਿਓ ਦਾਸ ਤੋਂ ਪਹਿਲਾਂ ਅੱਤ ਸਤਿਕਾਰਯੋਗ ਰਾਗੀ ਜਥਾ ਕੌਮ ਦਾ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਸ਼੍ਰੀ ਗੰਗਾਨਗਰ ਵਾਲੇ ਜਿਨ੍ਹਾਂ ਦੀ ਰਸਨਾ 'ਤੇ ਪਰਮੇਸ਼ੁਰ ਦੀ ਬੜੀ ਕਿਰਪਾ ਹੈ ਬੜਾ ਹੀ ਆਨੰਦ ਵਰਤ ਰਿਹਾ ਸੀ ਜੀ ਕਰਦਾ ਸੀ ਵੀ ਭਾਈ ਸਾਹਿਬ ਜੀ ਕੀਰਤਨ ਕਰਦੇ ਰਹਿਣ ਕਿਉਂਕਿ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਨੇ ਤਾਂ ਉਹਨਾਂ ਦੇ ਕੀਰਤਨ ਵਿੱਚੋਂ ਸਾਨੂੰ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਦੀ ਆਵਾਜ਼ ਦੀ ਇੱਕ ਮਹਿਕ ਆਉਂਦੀ ਹੈ ਰਸ ਆਉਂਦਾ ਹੈ ਅਤੇ ਰਸ ਕਿਹਨਾਂ ਦੀ ਰਸਨਾ 'ਤੇ ਹੁੰਦਾ ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦੀ ਬਾਣੀ ਦਾ ਪਿਆਰ ਹੋ ਵਾਸਤਵ ਦੇ ਵਿੱਚ ਚਿੱਤ ਦਾ ਮੀਟਰ ਚਿਹਰਾ ਹੁੰਦਾ ਹੈ ਕਈ ਵਾਰ ਕਿਸੇ ਨੂੰ ਪੁੱਛੀਦਾ ਤੂੰ ਦੁਖੀ ਬੜਾ ਆ ਉਹ ਕਹਿੰਦਾ ਮੈਂ ਤਾਂ ਤੈਨੂੰ ਕੋਈ ਗੱਲ ਦੱਸੀ ਨਹੀਂ ਤੈਨੂੰ ਕਿਵੇਂ ਪਤਾ ਵੀ ਮੈਂ ਦੁਖੀ ਹਾਂ ਅਤੇ ਅੱਗੋਂ ਕਹਿੰਦਾ ਭਾਈ ਤੇਰੇ ਚਿਹਰੇ ਤੋਂ ਪਤਾ ਲੱਗ ਗਿਆ ਜੇ ਅੰਦਰ ਦੁੱਖ ਹੈ
ਤੇ ਚਿਹਰੇ ਤੋਂ ਪਤਾ ਲੱਗ ਜਾਂਦਾ। ਕਈ ਵਾਰੀ ਕਿਸੇ ਨੂੰ ਪੁੱਛੀਦਾ ਤੂੰ ਬੜਾ ਕੌੜਾ ਬੋਲਦਾ ਹੈ, ਤੇ ਸਾਧ ਸੰਗਤ ਲੱਗਦਾ ਤੈਨੂੰ ਕਿਸੇ ਗੱਲ ਦਾ ਦੁੱਖ ਹੈ, ਉਹਦੇ ਦੁੱਖ ਦਾ ਪਤਾ ਉਹਦੀ ਬੋਲੀ ਤੋਂ ਲੱਗ ਗਿਆ। ਬੜੀ ਖੁਸ਼ੀ ਵਾਲੀ ਗੱਲਾਂ ਕਰਦਾ, ਅੱਜ ਬੜਾ ਖੁਸ਼ ਖੁਸ਼ ਹੈ, ਬੜੀਆਂ ਚੰਗੀਆਂ ਗੱਲਾਂ ਕਰਦਾ, ਇਹਦਾ ਮਤਲਬ ਤੇਰੇ ਅੰਦਰ ਕੋਈ ਖੁਸ਼ੀ ਹੈ, ਕੋਈ ਖੇੜਾ ਹੈ ਜੋ ਤੂੰ ਸਾਨੂੰ ਦੱਸ ਨਹੀਂ ਰਿਹਾ। ਅੰਦਰ ਖੁਸ਼ੀ ਹੈ ਤੇ ਬੋਲਾਂ ਤੋਂ ਪਤਾ ਲੱਗ ਜਾਂਦਾ, ਜੇ ਅੰਦਰ ਗੁੱਸਾ ਹੋਵੇ ਤੇ ਬੋਲਾਂ ਤੋਂ ਪਤਾ ਲੱਗ ਜਾਂਦਾ, ਤੇ ਜੇ ਅੰਦਰ ਬਾਣੀ ਹੋਵੇ, ਜੇ ਅੰਦਰ ਬਾਣੀ ਹੋਵੇ ਤੇ ਉਹਦੇ ਕੀਰਤਨ ਤੋਂ ਪਤਾ ਲੱਗ ਜਾਂਦਾ। ਸਾਧ ਸੰਗਤ ਅੱਜ ਗ੍ਰੰਥ ਤੇ ਬਹੁਤ ਪੜ੍ਹਦੇ ਨੇ, ਕਿਤਾਬਾਂ ਵੀ ਬਹੁਤ ਪੜ੍ਹਦੇ ਨੇ, ਪਰ ਸੰਤ ਸਕਾਲਰ ਦਾ ਖਿਤਾਬ ਔਰ ਐਸੇ ਮਹਾਂਪੁਰ ਸੰਤ ਬਾਬਾ ਨਿਰੰਜਨ ਸਿੰਘ ਜੀ, ਉਹ ਨਹੀਂ ਮੁੜ ਕੇ ਬਣੇ, ਉਹ ਤੇ ਉਹੀ ਸੀ, ਕਿਉਂਕਿ ਅੰਦਰ ਬਾਣੀ ਸੀ। ਜਦੋਂ ਬਾਬਾ ਜੀ ਦੁੱਖ ਨਿਵਾਰਨ ਸਾਹਿਬ ਦੀ ਸਟੇਜ ਤੋਂ ਕਥਾ ਕਰਦੇ, ਹਜ਼ਾਰਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਥੇ ਆਏ, ਅੱਜ ਸਾਲਾਨਾ ਸਮਾਗਮ ਹੈ, ਤੇ ਸਾਧ ਸੰਗਤ, ਕਿਸੇ ਸ਼ਾਇਰ ਨੇ ਕਿਹਾ, ਜਬ ਵੀ ਤੇਰੇ ਦਰ ਪਰ ਆਏ ਹੱਥੋਂ ਮੈਂ ਫੂਲ ਲੈ ਕਰ ਆਏ। ਕਹਿੰਦੇ ਜਦੋਂ ਤੇਰੇ ਦਰ ਤੇ ਆਏ, ਫੂਲ ਦਾ ਮਤਲਬ ਇਹ ਵੀ ਸਮਝ ਲਓ ਵੀ ਭੇਟਾਵਾਂ ਲੈ ਕੇ ਆਏ, ਕੋਈ ਰੁਮਾਲਾ ਸਾਹਿਬ ਲੈ ਕੇ ਆਇਆ, ਕੋਈ ਮਾਇਆ ਭੇਟਾ ਕਰਦਾ, ਕੋਈ ਕੁਛ ਭੇਟਾ ਕਰਦਾ, ਕੋਈ ਕੁਛ ਭੇਟਾ ਕਰਦਾ। ਜਬ ਵੀ ਤੇਰੇ ਦਰ ਪਰ ਆਏ ਹੱਥੋਂ ਮੈਂ ਫੂਲ ਲੈ ਕਰ ਆਏ, ਹਰ ਚੀਜ਼ ਤੁਹਾਰੀ ਯਾਦ ਰਹੀ ਉਪਦੇਸ਼ ਤੁਹਾਰਾ ਭੁੱਲ ਗਏ। ਹਰ ਚੀਜ਼ ਯਾਦ ਹੈ, ਲੰਗਰ ਬਣਾਉਣਾ ਯਾਦ ਹੈ ਤੇ ਯਾਦ ਹੈ, ਹਾਂ ਭਾਈ ਸਮਾਪਤੀ ਤੋਂ ਬਾਅਦ ਲੰਗਰ ਛਕਣਾ ਯਾਦ ਹੈ, ਹਾਂ ਫਲਾਣਾ ਰਾਗੀ ਲੱਗਿਆ ਉਹਦਾ ਕੀਰਤਨ ਸੁਣਨਾ ਯਾਦ ਹੈ, ਰੁਮਾਲਾ ਸਾਹਿਬ ਚੜਾਉਣਾ ਦੇਗ ਪ੍ਰਸ਼ਾਦ ਬਣਾਉਣੀ ਯਾਦ ਹੈ, ਸਾਸ ਲੰਗਰ ਛਕਣਾ ਯਾਦ ਹੈ, ਚੌਰ ਸਾਹਿਬ ਕਰਨਾ ਯਾਦ ਹੈ, ਹਰ ਚੀਜ਼ ਤੁਹਾਰੀ ਯਾਦ ਰਹੀ ਉਪਦੇਸ਼ ਤੁਹਾਰਾ ਭੁੱਲ ਗਏ। ਪਰ ਜਿਹੜੀ ਗੱਲ ਹੈ ਉਪਦੇਸ਼ ਦੀ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਸਾਡਾ ਗਾਵਿਆ ਤੇ ਤੁਹਾਡਾ ਸੁਣਿਆ, ਜਿੰਨੀ ਸੰਗਤ ਬੈਠੀ ਹੈ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਕਹਿੰਦੇ ਸੁਣਿਆ ਵੀ ਪ੍ਰਵਾਨ ਤਾਂ ਹੈ, ਗਾਵਿਆ ਵੀ ਪ੍ਰਵਾਨ ਤਾਂ ਹੈ, ਜੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਰਨਾ ਆਏ ਤੇ ਹਾਂ, ਤੇ ਜੇ ਤੇ ਆਏ ਆ ਟਾਈਮ ਪਾਸ ਕਰਨ, ਫਿਰ ਤੇ ਟ੍ਰੇਨ ਵਿੱਚ ਵੀ ਜਾਂਦੇ ਰਾਹੀ ਪੁੱਛੋ ਕੀ ਕਰਦੇ, ਕਹਿੰਦੇ ਟਾਈਮ ਪਾਸ ਕਰਦੇ ਆ, ਟਾਈਮ ਪਾਸ ਤੇ ਟੀਵੀ ਅੱਗੇ ਵੀ ਹੋ ਜਾਣਾ, ਟਾਈਮ ਪਾਸ ਤੇ ਗੱਲਾਂ ਕਰਕੇ ਵੀ ਹੋ ਜਾਣਾ, ਟਾਈਮ ਪਾਸ ਤੇ ਖਾ ਪੀ ਕੇ ਵੀ ਹੋ ਜਾਣਾ, ਪਰ ਜਿਹਨਾਂ ਦੀ ਯਾਦ ਵਿੱਚ ਔਰ ਜਿਹਨਾਂ ਦੇ ਜਨਮ ਦਿਨ ਦੀ ਖੁਸ਼ੀ 'ਚ ਆਏ ਹੋ ਨਾ, ਉਹ ਸਾਨੂੰ ਟਾਈਮ ਪਾਸ ਕਰਨ ਲਈ ਨਹੀਂ ਬੁਲਾ ਰਹੇ, ਉਹ ਸਾਨੂੰ ਕਾਹਦੇ ਲਈ ਬੁਲਾ ਰਹੇ ਨੇ, ਟਾਈਮ ਨੂੰ ਸਫਲਾ ਕਰਨ ਲਈ, ਵੀ ਆਓ ਗੁਰੂ ਦੀ ਹਜ਼ੂਰੀ ਵਿੱਚ ਆਓ। ਉਹ ਤੇ ਚੜ ਗਏ ਇਸ ਜਹਾਜ਼ ਤੇ, ਸਾਨੂੰ ਕੀ ਕਹਿ ਰਹੇ ਨੇ, ਵਾਹਿਗੁਰੂ ਨਾਮ ਜਹਾਜ਼ ਹੈ, ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੇ ਚੜੇ ਹੀ ਨਹੀਂ ਚੜ੍ਹਨਾ ਕਿਵੇਂ ਆ, ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ। ਲਓ ਚੜੋ ਹੁਣ ਇਸ ਤਰ੍ਹਾਂ, ਅੱਖਾਂ ਨੂੰ ਗੁਰੂ ਦਰਸ਼ਨਾਂ ਚ ਲਾਓ, ਕੰਨਾਂ ਨੂੰ ਬਾਣੀ ਸੁਣਨ ਚ ਲਾਓ, ਜੇਬਾਂ ਨੂੰ ਬੋਲਣ ਚ ਲਾਓ, ਬੈਠੋ ਇਸ ਤਰ੍ਹਾਂ ਵੀ ਪਤਾ ਹੀ ਨਹੀਂ ਲੱਗੇ ਕਿਹੜਾ ਆਇਆ ਤੇ ਕਿਹੜਾ ਗਿਆ। ਤੇ ਇਸ ਤਰ੍ਹਾਂ ਕਹਿੰਦੇ ਨੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ। ਜੇ ਇੱਥੇ ਬਹਿਣਾ ਨਾ ਤੇ ਫਿਰ ਆਏ ਹੋ ਤੇ ਇਹ ਗੱਲ ਦ੍ਰਿੜ ਕਰਕੇ ਲੈ ਕੇ ਜਾਓ ਵੀ ਗੁਰੂ ਦੇ ਦਰ ਤੇ ਜਾਣਾ ਤੇ ਕਿਵੇਂ ਜਾਣਾ, ਜੋ ਸ਼ਰਧਾ ਕਰ ਸੇਮ ਦੇ। ਜਿਹੜੇ ਸ਼ਰਧਾ ਰੱਖ ਕੇ ਆਉਂਦੇ ਨਾ, ਉਹਨਾਂ ਦੀਆਂ ਝੋਲੀਆਂ ਭਰਦੇ ਨੇ ਮਹਾਰਾਜ, ਪੜ੍ਹਦੇ ਹਾਂ ਆਪਾਂ, ਸ਼ਰਧਾ ਰੱਖ ਕੇ ਦੁਆਰੇ ਜਿਹੜਾ ਆਵੇ, ਇੱਛਾ ਸਭੇ ਹੋਣ ਪੂਰੀਆਂ, ਰੱਖ ਕੇ ਦੁਆਰੇ ਜਿਹੜਾ ਆਵੇ, ਇੱਛਾ ਸਭੇ ਹੋਣ ਪੂਰੀਆਂ, ਰੱਖ ਕੇ ਦੁਆਰੇ ਜਿਹੜਾ ਆਵੇ, ਇੱਛਾ ਸਭੇ ਹੋਣ ਪੂਰੀਆਂ।
रख के गुरां दे गुण गावे इच्छा सबे होण पूरियां शरदा रख के गुरां दे गुण गावे इच्छा सबे होण पूरियां रख के गुवारे जिड़ा लावे इच्छा सबे होण पूरियां सबे होण पूरियां संता रख के दुवारे जिड़ावे इच्छा सबे होण पूरियां संता रख के गुरां दे गुण गावे इच्छा सबे होण पूरियां वाह 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 इच्छा सबे होण पूरियां वाह 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 इच्छा सबे होण पूरियां इच्छा सबे होण पूरियां इच्छा सबे होण पूरियां संगत बोलो बाबा होण पूरियां बाबा शरदा रख के द्वारे देना आवे इच्छा सबे होण पूरियां रख के द्वारे जेड़ा आवे इच्छा सबे होण पूरियां रख के द्वारे जेड़ा आवे इच्छा सबे होण पूरियां होण पूरियां हरदा रख के दुवारे जिड़ा आवे इच्छा सबे होण पूरियां हरदा रख के दुरां दे गुण गावे इच्छा सबे होण पूरियां जी वाहिगुरु नाम जहाज है चढ़े सुतरे पार जो शरदा कर सिम दे गुर पार उतार नहार जो शरदा कर सिम दे साध संगत इत्थे ए बहुत जरूरी है जो शरदा कर सिम दे जे शरदा नहीं ना फिर सुनदा रहिंदा आ पल्ले दे कख भी नहीं पैंदा आखो सतनाम श्री वाहिगुरु संगत हाजरी लवाओ सारे बोलो भाई सतनाम इतना कि तुसी जरूर बोल देना महापुरशां दे प्यार विच बैठे हां आपां उन्होंने नाम नाल जोड़िया ते अज भी उन्हां दे अगे प्रेजिडेंट साहब सानू नाम नाल जोड़ रहे एक नौजवान गया महापुरशां कोल कहिंदा बाबा जी जिदा तुसी नाम ना जुड़े हो तो मैनू भी नाम नाल जोड़ दियो महापुरशां ने एक कागज लिया एक पेन लिया कागज ते पेन लैके ना उन्होंने तीन गल्लां लिख दित्तियां कहिंदे जे तू नाम ना जुड़ना चाहना जा आ तीन चीजा बाजार चो लिया तो तू नाम ना जुड़ जाएगा जुगतियां हुंदियां रब दे प्यारियां वो तीन चीजा केड़ियां लिखियां पहले नंबर ते लिख दिता वधे वधे दूजे ते लिख दिता घटे घटे तीजे ते लिख दिता ना वधे ना घटे जदों साध संगत हुण तीन चीजा लिख दित्तियां नौजवान कहिंदा बाबा जी चीजा ते मैं अपनी जिंदगी च बहुत देखियां पर पहली वारी देखिया भी तुसी आ तीन चीजा दस रहे हो वधे वधे घटे घटे ना वधे ना घटे जुगती देखो रब दे प्यारियां कोल कैसी हुंदी
ਉਹ ਗਿਆ ਉਹਨੇ ਸਾਰੀਆਂ ਦੁਕਾਨਾਂ ਗਾ ਲਈਆਂ ਪਰ ਉਹਨੂੰ ਆਹ ਤਿੰਨ ਚੀਜ਼ਾਂ ਨਹੀਂ ਮਿਲੀਆਂ ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ ਤੇ ਜਦੋਂ ਸਾਧ ਸੰਗਤ ਅਖੀਰ ਪੰਸਾਰੀ ਦੀ ਦੁਕਾਨ ਤੇ ਗਿਆ ਉਹ ਕਹਿੰਦਾ ਕਮਲਾ ਆ ਤੂੰ ਵੀ ਕਮਲਾ ਤੇ ਤੇਰਾ ਬਾਬਾ ਵੀ ਕਮਲਾ ਹੈ ਆਹ ਚੀਜ਼ਾਂ ਤਾਂ ਮਿਲਦੀਆਂ ਹੀ ਨਹੀਂ ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ ਜੁਗਤੀ ਦੇਖੋ ਕਿੱਦਾਂ ਦੀ ਬੜਾ ਨੌਜਵਾਨ ਗਰਮ ਹੋਇਆ ਕਿਉਂਕਿ ਖੂਨ ਐਸਾ ਹੁੰਦਾ ਨਾ ਨੌਜਵਾਨੀ ਵਿੱਚ ਗੁੱਸਾ ਵੀ ਬੜੀ ਛੇਤੀ ਆ ਜਾਂਦਾ ਕੰਮ ਨਾ ਬਣੇ ਬੜੀ ਛੇਤੀ ਲੜਨ ਤੱਕ ਜਾਂਦਾ ਹੈ ਕਹਿੰਦਾ ਅੱਜ ਮੈਂ ਬਾਬਿਆਂ ਨੂੰ ਮਜ਼ਾ ਚੁਕਾਵਾਂਗਾ ਮੇਰੀ ਗੱਲ ਦਾ ਮਖੌਲ ਬਣਾ ਦਿੱਤਾ ਮੈਂ ਤੇ ਬਾਣੀ ਨਾਲ ਜੁੜਨ ਦੀ ਗੱਲ ਕੀਤੀ ਸੀ ਮੈਂ ਤੇ ਨਾਮ ਨਾਲ ਜੁੜਨ ਦੀ ਗੱਲ ਕੀਤੀ ਸੀ ਤੇ ਬਾਬਿਆਂ ਨੇ ਕੀ ਲਿਖ ਕੇ ਦੇ ਦਿੱਤਾ ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ ਨਾ ਘਟਿਆ ਕੀ ਚੀਜ਼ਾਂ ਲਿਖਦੀਆਂ ਰਸਤੇ ਦੇ ਵਿੱਚ ਇੱਕ ਗੁਰਮੁਖ ਮਿਲਿਆ ਉਹ ਕਹਿੰਦਾ ਪਿਆਰਿਆ ਕੀ ਹੋਇਆ ਬੜੇ ਗੁੱਸੇ 'ਚ ਸਾਰੀ ਗੱਲ ਦੱਸ ਦਿੱਤੀ ਕਹਿੰਦੇ ਬਾਬਿਆਂ ਨੇ ਕੁਛ ਮਾੜਾ ਨਹੀਂ ਕੀਤਾ ਮੈਂ ਤੈਨੂੰ ਦੱਸਦਾ ਵੀ ਇਹਨਾਂ ਦਾ ਮਤਲਬ ਕੀ ਹੈ ਪਹਿਲੇ ਤੇ ਲਿਖਿਆ ਵਧੇ ਵਧੇ ਕਹਿੰਦੇ ਇਹਦੇ ਅੱਗੇ ਲਿਖ ਲੈ ਬੰਦੇ ਦੀ ਤ੍ਰਿਸ਼ਨਾ ਜਿਹੜੀ ਲਿਖੀ ਨਾ ਇਹਨਾਂ ਨੇ ਵਧੇ ਵਧੇ ਇਹ ਵੀ ਗਿਆਨ ਹੈ ਬੰਦੇ ਦੀ ਉਮਰ ਭਾਵੇਂ ਘਟਦੀ ਜਾਵੇ ਪਰ ਬੰਦੇ ਦੀ ਤ੍ਰਿਸ਼ਨਾ ਕਦੀ ਵੀ ਨਹੀਂ ਘਟਦੀ ਇਹ ਦਿਨੋ ਦਿਨ ਵਧਦੀ ਜਾਂਦੀ ਬਾਣੀ ਕਹਿੰਦੀ ਹੈ ਸਹਿਸ ਖਟੇ ਲੱਖ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਛੇ ਪਾਵੇ ਬੰਦਾ ਨਹੀਂ ਰੱਜਦਾ ਬੁੱਢਾ ਹੋਇਆ ਵੀ ਕਹਿੰਦਾ ਆ ਆਹ ਕੰਮ ਬਣ ਜਾਵੇ ਫਲਾਣੀ ਜ਼ਮੀਨ ਦਾ ਸੌਦਾ ਹੋ ਜਾਵੇ ਬਜ਼ੁਰਗ ਹੋਇਆ ਵੀ ਕਹਿੰਦਾ ਆ ਮੇਰੀ ਬੈਂਕ ਬੈਲੈਂਸ ਦੀ ਐਫ ਡੀ ਆਹ ਫਲਾਣੀ ਐਫ ਡੀ ਰਿਨਿਊ ਕਰਾਉਣ ਵਾਲੀ ਹੈ ਬਜ਼ੁਰਗ ਹੋ ਗਿਆ ਪਰ ਇਹਦੀ ਤ੍ਰਿਸ਼ਨਾ ਬਜ਼ੁਰਗ ਨਹੀਂ ਹੋਈ ਜਿੱਥੇ ਲਿਖਿਆ ਵਧੇ ਵਧੇ ਉੱਥੇ ਲਿਖ ਲੈ ਬੰਦੇ ਦੀ ਤ੍ਰਿਸ਼ਨਾ ਸੁਣਿਓ ਜਰਾ ਜਿੱਥੇ ਲਿਖਿਆ ਘਟੇ ਘਟੇ ਉੱਥੇ ਲਿਖ ਲੈ ਤੇਰੇ ਸਵਾਸ ਦਿਨੋ ਦਿਨ ਘਟਦੇ ਆ ਕਹਿੰਦੇ ਉਹ ਕਿਵੇਂ ਬਾਣੀ ਕਹਿੰਦੀ ਹੈ ਔਦ ਘਟੇ ਦਿਨਸ ਰਹਿਣਾ ਰੇ ਤੇਰੀ ਉਮਰ ਘਟ ਰਹੀ ਹੈ ਮਨ ਗੁਰ ਮਿਲ ਕਾਜ ਸਵਾਰੇ ਐ ਮੇਰੇ ਮਨ ਤੂੰ ਗੁਰੂ ਨੂੰ ਮਿਲ ਕੇ ਕਾਜ ਸਵਾਰ ਲੈ ਕਿਉਂ ਇੱਕੋ ਚੀਜ਼ ਹੈ ਜਿਹੜੀ ਦਿਨੋ ਦਿਨ ਘਟ ਰਹੀ ਹੈ ਉਹ ਤੇਰੀ ਉਮਰ ਔਦ ਕਟੈ ਦਿਨਸ ਰਹਿਣ ਆ ਰੇ ਮਨ ਗੁਰ ਮਿਲ ਕਾਜ ਸਵਾਰੇ ਉਹ ਤੀਜੀ ਚੀਜ਼ ਕਿਹੜੀ ਹੈ ਨਾ ਵਧੇ ਤੇ ਨਾ ਘਟੇ ਘਟੇ ਕਹਿੰਦਾ ਇਹਦਾ ਨੀ ਮੈਨੂੰ ਜਵਾਬ ਪਤਾ ਜਦੋਂ ਵਾਪਸ ਆਇਆ ਨਾ ਮਹਾਂਪੁਰਸ਼ਾਂ ਕੋਲ ਕਹਿੰਦਾ ਬਾਬਾ ਜੀ ਦੋ ਗੱਲਾਂ ਦਾ ਜਵਾਬ ਮਿਲ ਗਿਆ ਤੀਜੀ ਦਾ ਵੀ ਜਵਾਬ ਦੇ ਦਿਓ ਜਿੱਥੇ ਲਿਖਿਆ ਵਧੇ ਵਧੇ ਉੱਥੇ ਲਿਖਿਆ ਬੰਦੇ ਦੀ ਤ੍ਰਿਸ਼ਨਾ ਜਿੱਥੇ ਲਿਖਿਆ ਘਟੇ ਘਟੇ ਉੱਥੇ ਲਿਖੇ ਜਿੰਨੇ ਸਵਾਸ ਹੈ ਇਹ ਦਿਨੋ ਦਿਨ ਤੇਰੇ ਘਟਦੇ ਜਾ ਰਹੇ ਹੈ ਜਿੱਥੇ ਲਿਖਿਆ ਨਾ ਵਧੇ ਨਾ ਘਟੇ ਇਹਦੇ ਅੱਗੇ ਕੁਸ਼ਚਨ ਮਾਰਕ ਹੈ ਮਹਾਂਪੁਰਸ਼ ਕਹਿੰਦੇ ਤੂੰ ਕਿਹਾ ਸੀ ਮੈਂ ਰੱਬ ਨਾਲ ਜੁੜਨਾ ਚਾਹੁੰਦਾ ਮੈਂ ਰੱਬ ਨਾਲ ਜੁੜਨਾ ਮੈਂ ਬਾਣੀ ਨਾਲ ਜੁੜਨਾ ਮੈਂ ਸ਼ਬਦ ਨਾਲ ਜੁੜਨਾ ਆਹ ਚੀਜ਼ ਜਿਹਨੂੰ ਸਮਝ ਆ ਗਈ ਨਾ ਤੇ ਸਮਝ ਕਿੱਥੋਂ ਆਉਂਦੀ ਜਦੋਂ ਸਤਸੰਗਤ ਕਰਦਾ ਜਿੱਥੇ ਲਿਖਿਆ ਨਾ ਵਧੇ ਤੇ ਨਾ ਘਟੇ ਉੱਥੇ ਲਿਖ ਲੈ ਜਿੰਨੇ ਸਵਾਸ ਤੈਨੂੰ ਦਿੱਤੇ ਨਾ ਭਾਵੇਂ ਕਰੋੜਪਤੀ ਬਣ ਜਾ ਭਾਵੇਂ ਅਰਬਪਤੀ ਬਣ ਜਾ ਭਾਵੇਂ ਮਾਇਆ ਦੇ ਭੰਡਾਰੇ ਲਾ ਲੈ ਜਿੰਨੇ ਸਵਾਸ ਰੱਬ ਨੇ ਦਿੱਤੇ ਨਾ ਵਧਣੇ ਆ ਤੇ ਨਾ ਘਟਣੇ ਆ ਇਸ ਕਰਕੇ ਇਹ ਜੀਵਨ ਇਹ ਸਮਾਂ ਹੈ ਪਰ ਇਹਦਾ ਗਿਆਨ ਕਿਹਨਾਂ ਦੀ ਸੰਗਤ ਕਰਕੇ ਮਿਲਦਾ ਸਤਿਗੁਰੂ ਜੀ ਕੀ ਕਹਿ ਰਹੇ ਨੇ ਮਨ ਗੁਰ ਮਿਲ ਕਾਜ ਸਵਾਰੇ ਮਨ ਗੁਰ ਮਿਲ ਕਾਜ ਸਵਾਰੇ ਗੁਰ ਮਿਲ ਕਾਜ ਸਵਾਰੇ ਗੁਰ ਮਿਲ ਕਾਜ ਸਵਾਰੇ ਮਿਲ ਕਾਜ ਸਵਾਰੇ ਜਦੋਂ ਸੰਗਤ ਕਰੀਏ ਨਾ ਆਪਾਂ
रब दे प्यारियां दी फिर इस गल दा ज्ञान हुंदे पर उदे वास्ते कोई पूरन साधु विचोला बनना चाहिदा आ एवें ते नहीं कहिंदे जे कोई मिले विचोला दर्शन हो सकदा 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 जे कोई मिले सतगुर ते दर्शन देन नू तैयार है पर कोई विचोला बाणी नाल जोड़न वाला तेनू लभना पैना जे कोई मिले विचोला दर्शन हो सकदा 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 कोई मिले भी दर्शन फिर कटे आई जांदा ओला दर्शन हो सकदा चके आई जांदा ओला दर्शन हो सकदा फिर कटे आई जांदा ओला दर्शन हो सकदा हो सकदा जे कोई मिले विचोला दर्शन 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 हो सकदा आखो सतनाम जे विचोला तगड़ा होवे ना रिश्ता ताई सिरे चढ़दा है अजकल कमी किस गल दी प्रचारकां दी कमी नहीं रागियां दी कमी नहीं ढाडियां दी कमी नहीं मेरे वर्गे कीर्तन करन वालियां दी भी कोई कमी नहीं है मंजी साहब कथा चलदी है रोज एक कथावाचक नवा कथा करदा है कमी नहीं है पर हां कमी आ गई जीवन वालियां दी आखो सतनाम श्री वाहिगुरु संगत बोलो सतनाम जीवन वाले बहुत घट ने जीवन किन्हां दा हुंदा जो कहना जो उपदेश संगत नूं देना पहला ओदी कमाई आप करनी बीबी बड़ी दुखी है कहिंदी जी बाबा जी मेरा बच्चा गुड़ नहीं छड़दा सुनियो जरा विचोला किदां दा हुंदा महापुरश कहते ने बीबी कल आई कहती बाबा जी मैं बड़ी दूरों आवगी 100 किलोमीटर है मेरा घर कहते कोई गल नहीं कल आ जी वह बेचारी औखी सौखी हो के अगले दिन फिर बाबा जी को आ गई महापुरश अज फिर कहते ने कहते कल आई कहती बाबा जी कल तो किराया भी बड़ा मुश्किल कट्ठा किया अज आ गई हाँ किसी तो पैसे मंग के आई हाँ मैं कल कि आवगी कहिंदे बचन मन कल आई अगले दिन फिर आ गई महापुरशां नूं कहा बाबा जी बच्चे का मिठा छड़ा दिओ देखो फूड़े पिंसियां हो गई शरीर ते रोग हो गया तंग हो गया सानू भी तंग करदा है महापुरशां ने बड़े प्यार नाल कहा बेटा मिठा नहीं छकीदा गुड़ नहीं ज्यादा छकीदा खराब करदा वो कहिंदा जी नहीं छकदा कहिंदे बाबा जी तुसीं आही गल कहनी सी मेरे तीन गेड़े क्यों लवाए महापुरश हस के कहते पहले असी आप गुड़ बड़ा खाते आखो सतना एदा गुड़ छड़ा तो सानू आप गुड़ छड़ना जदों असी आप ही गुड़ खाने तो यदा गुड़ किदा छड़ावांगे साडे कहे का असर तो उदों ही होएगा जिहड़ी चीज की कमाई असी आप करांगे साडे बच्चियां ते साडी गल का असर क्यों नहीं हुंदा
क्योंकि सत्संग साड़ी आप दी उन्हां गल्लां दी कमाई है नहीं। इसे करके उन्हां दे बचनां दा क्यों असर हुंदा सी? संत बाबा तरसिंह जी मस्तुआणा साहिब वाले किसे नूं कोई गल कह देनी, कोई बचन कर देना, उसे वेले जी महाराज छोटी जी साखी अखां मूहरे आ गई है। मैं कह के उन्हों समाप्ति करांगा। एक बारी चाहना सारे बोलो सतनाम, जिनी बारी भी कह दी है थोड़ा है। बाबा फरीद जी अपने जीवन दे विच बहुत साधुआं दे मिलाप करते ने, शौक होंगे हर एक नूं अपना अपना। तो अज जिंदगी दे विच एक कमी महसूस होंदी है भी मैनू कोई साधु मिल जाए, कोई संत मिल जाए जिहड़ा मैनू रब नाल मिला दे। ऐसा विचोला तुरे 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 किसी ने कहा एक साधु ऐसा है जिहड़ा दुनिया के रसा कसा तो उत्ते उठ के, दुनिया के स्वादा तो उत्ते उत्ते उठ के, खाण पीण ऐशो आराम के स्वादा तो उत्ते उठ के फलानी थां ते बैठा रब का नां जपदा। उहदे कोल कोई जा नहीं सकता, जे कोई जावे तो बाबा डांग मारदा। कहिंदे बाबा फरीद जी कहिंदे उत्थे ते मैं जरूर जावांगा। कोई जुड़न वाला मिलना चाहिए। मैं कहना कोई नानक सरदा होवे, भावें कोई होवे मिशनरी, भावें कोई होवे निहंग सिंह, रात नू सौण तो पहला कहना ही पैना अंतर जामी शरदा मन की। इत्थों ते नहीं भज सकते भी नानक दास ये है सुख मंग है। पंगती तुहानू आउंदी है जरूर बोलो मोको कर संतन की, कहना तो पैना ना कोई भी किदां दा होवे। बिना साधु दी संगत कीते तो रंग नहीं लगदा। साखियां बहुत ने, मैं इक्को ही छेड़ी है ते इक्को ही समाप्त करांगा। हुण साध संग बाबा फरीद जी साधुआं कोल तुर पए, पैरां चो जोड़ा भी ला दिता, साध संगत रेशमी वस्त्र भी ला दिते, सादा लवास पाया है। साधु महात्मा कोल जा रहे ने, कन्नां विच ओह आवाज गूंजदी, देखियो किते डांग पऊगी। जे बोल कबोल भी पै गए ना सुनने तो सुन लियो, साधु अगे कोई वचन ना करियो। उन्हां जिन्हां कोल तुसी जा रहे हो उन्हां दे बोल कबोल भी तुहानू सहने पैने, डंडियां दी मार भी सहनी पैनी। बाबा फरीद जी दे कन विच ये बोल है, मन विच भी ये है भी मैं रब नूं भी मिलना, कोई ऐसा विचोला मैनूं मिल जावे जिहड़ा आप मिलिया होवे ते रब नाल मिला दे। अज बहुत दुनिया कहती जी संतां दी की लोड़ है। मैं कहना कोठे चढ़ना होवे सीधे किदां चढ़ोंगे, कोई पौड़ी दी भी लोड़ है? लोड़ है। साध संगत इसे करके रोज अरदास कहने आ सही प्यारे मेल, तुसी बोलो जिन्हां मिलिया तेरा नाम छित्या। क्यों मंगदे आ? इसे करके मंगदे आ। जे कोई प्रशादा छक रहा होवे लागे बह के तुहानू भी भुख लग जांदी है, कोई लागे बह के सौवे तुहानू भी नींद आ जाती है। जे कोई साध संगत नाम जपे तुहाडा भी जी करदा भी मैं भी बाणी जपां सतनाम श्री।